ਸ਼੍ਰੋਮਣੀ ਅਕਾਲੀ ਦਲ ਬਾਜੀਗਰ ਵਿੰਗ ਕੌਮੀ ਪ੍ਰਧਾਨ ਮੱਖਣ ਸਿੰਘ ਲਾਲਕਾ ਪਾਰਟੀ ਹਾਈਕਮਾਨ ਸੁਖਬੀਰ ਬਾਦਲ ਦੇ ਦਿਸ਼ਾ ਨਿਰਦੇਸ਼ਾਂ 'ਤੇ ਹਲਕਾ ਨਾਭਾ ਵਿਖੇ ਮੁੜ ਸਰਗਰਮ ਹੋ ਗਏ ਨੇ। ਅੱਜ ਨਾਭਾ ਵਿਖੇ ਪਾਰਟੀ ਨੇਤਾਵਾਂ ਅਤੇ ਵਰਕਰਾਂ ਦੀ ਇੱਕ ਵੱਡੀ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿੱਥੇ ਸਮੂਹ ਵਰਕਰਾਂ ਨਾਲ ਪਾਰਟੀ ਰਣਨੀਤੀ ਦੇ ਵਿਚਾਰ ਚਰਚਾ ਕੀਤੀ ਗਈ ਅਤੇ ਪਾਰਟੀ ਵਿੱਚ ਨਵੇਂ ਮੈਂਬਰਾਂ ਦੀ ਭਰਤੀ ਦੀ ਮੁਹਿੰਮ ਦਾ ਆਗਾਜ਼ ਕੀਤਾ ਗਿਆ ਅਤੇ ਨਵੇਂ ਵਰਕਰਾਂ ਲਈ ਫਾਰਮ ਭਰੇ ਗਏ। ਇਸ ਮੌਕੇ ਗੱਲਬਾਤ ਕਰਦਿਆਂ ਅਕਾਲੀ ਦਲ ਨੇਤਾ ਮੱਖਣ ਸਿੰਘ ਲਾਲਕਾ ਨੇ ਕਿਹਾ ਕਿ ਪਾਰਟੀ ਹਾਈਕਮਾਨ ਦੇ ਹੁਕਮਾਂ ਤਹਿਤ ਪਾਰਟੀ ਦੀ ਮਜ਼ਬੂਤੀ ਅਤੇ ਵਿਸਤਾਰ ਲਈ ਨਵੇਂ ਨਿਰੋਲ ਮੈਂਬਰ ਭਰਤੀ ਕੀਤੇ ਜਾ ਰਹੇ ਨੇ। ਇਸ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਹਨਾਂ ਅੱਗੇ ਕਿਹਾ ਕਿ ਹਲਕੇ ਦੇ ਕਿਸੇ ਵਰਕਰ, ਪੰਚ, ਸਰਪੰਚ ਜਾਂ MC ਨਾਲ ਕਾਂਗਰਸ ਸਰਕਾਰ ਦੇ ਇਸ਼ਾਰੇ 'ਤੇ ਧੱਕਾ ਹੋ ਰਿਹਾ ਹੋਵੇ ਤਾਂ ਉਹ ਸਿੱਧਾ ਉਹਨਾਂ ਨਾਲ ਸੰਪਰਕ ਕਰ ਸਕਦਾ। ਪਾਰਟੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰੇਗੀ। ਪਾਰਟੀ ਵੱਲੋਂ ਹੁਣ ਅੱਗੇ ਲਾਲਕਾ ਨੂੰ ਹਲਕੇ ਦੀ ਕਮਾਨ ਸੌਂਪੇ ਜਾਣ ਦੇ ਸਵਾਲ 'ਤੇ ਲਾਲਕਾ ਨੇ ਕਿਹਾ ਕਿ ਉਹ ਹਲਕੇ ਵਿੱਚ ਪਾਰਟੀ ਹੁਕਮਾਂ ਤਹਿਤ ਵਰਕਰ ਦੇ ਤੌਰ 'ਤੇ ਹੀ ਕੰਮ ਕਰਨਗੇ। ਦੀ ਕਮਾਂਡ ਸਾਂਭਣ ਵਾਸਤੇ ਕੋਈ ਕੰਮ ਨਹੀਂ ਕਰਦੇ ਆ। ਸੋ ਮੈਂ ਤਾਂ ਸਿਰਫ ਸਹਿਕ ਵਾਸਤੇ ਬਾਦਲ ਸਾਹਿਬ ਦੀ ਅਗਵਾਈ ਵਿੱਚ ਯੂਥ ਦੀ ਭਰਤੀ ਹੋ ਰਹੀ ਆ ਅਤੇ ਬਹੁਤ ਜ਼ਿਆਦਾ ਲੋਕਾਂ ਦਾ ਉਤਸ਼ਾਹ ਆ। ਲੋਕ ਉਤਾਵਲੇ ਹੋਏ ਪਏ ਨੇ, ਲੋਕਾਂ ਦੇ ਆਪ ਫੋਨ ਆ ਰਹੇ ਨੇ ਮੁਹੱਲਿਆਂ 'ਚੋਂ ਵੀ ਸਾਡੇ ਘਰ ਆ ਕੇ ਸਾਡੇ ਪਰਚੀ ਕੱਟੋ, ਸਾਨੂੰ ਮੈਂਬਰ ਬਣਾਓ। ਸ਼੍ਰੋਮਣੀ ਅਕਾਲੀ ਦਲ ਹੈ, ਉਹ ਸਾਡੀ ਮਾਂ ਪਾਰਟੀ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਅਤੇ ਪਾਰਟੀ ਹਾਈਕਮਾਂਡ ਸਰਦਾਰ ਸੁਖਬੀਰ ਸਿੰਘ ਬਾਦਲ ਦੀਆਂ ਹਦਾਇਤਾਂ ਅਨੁਸਾਰ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਦਿਨ ਰਾਤ ਇੱਕ ਕਰਾਂਗੇ ਅਤੇ ਤਾਂ ਜੋ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਪੰਜਾਬ ਵਿੱਚ ਦੁਬਾਰਾ ਬਣ ਸਕੇ ਅਤੇ ਵਿਕਾਸ ਦੇ ਕੰਮ ਦੁਬਾਰਾ ਉਸ ਤਰ੍ਹਾਂ ਹੀ। ਜਿੱਥੋਂ ਤੱਕ ਪਾਰਟੀ ਦਾ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਦਾ ਸੰਬੰਧ ਹੈ, ਹਰੇਕ ਬੰਦਾ ਪਾਰਟੀ ਦੀ ਦੇਣ ਹੈ। ਪਾਰਟੀ ਦੇ ਵਰਕਰ ਹੀ ਹਰੇਕ ਬੰਦੇ ਨੂੰ ਲੀਡਰ ਬਣਾਉਂਦੇ ਨੇ, ਇਸ ਲਈ ਵਰਕਰਾਂ ਨੂੰ ਪੂਰਾ ਮਾਣ ਸਨਮਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤਾ ਜਾਵੇਗਾ। ਜਿਵੇਂ ਪ੍ਰਧਾਨ ਸਾਡੇ ਕਮਾਂਡਰ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੇ ਜੋ ਪੰਜਾਬ ਅੰਦਰ ਭਰਤੀ ਮੁਹਿੰਮਾਂ ਦਾ ਆਗਾਜ਼ ਕਰਿਆ, ਉਹਨਾਂ ਦੇ ਹੁਕਮਾਂ ਅਨੁਸਾਰ ਸਰਦਾਰ ਸੁਰਜੀਤ ਸਿੰਘ ਜੀ ਰੱਖੜਾ ਦੀ ਅਗਵਾਈ ਹੇਠ ਅਤੇ ਸਾਡੇ ਬਹੁਤ ਹੀ ਸਤਿਕਾਰਯੋਗ ਲਾਲਕਾ ਜੀ ਦੀ ਅਗਵਾਈ ਹੇਠ ਯੂਥ ਅਕਾਲੀ ਦਲ ਜਿਹੜਾ ਨਾਭੇ ਹਲਕੇ ਦੇ ਵਿੱਚ ਬਹੁਤ ਵੱਡੇ ਪੱਧਰ 'ਤੇ ਭਰਤੀ ਮੁਹਿੰਮਾਂ ਦੇ ਵਿੱਚ ਰੋਲ ਨਿਭਾਊਗਾ। ਘਰ ਘਰ ਜਾ ਕੇ ਅਸੀਂ ਭਰਤੀ ਮੁਹਿੰਮਾਂ ਦੇ ਮੈਂਬਰ ਬਣਾ ਰਹੇ ਹਾਂ ਲੋਕਾਂ ਨੂੰ ਅਤੇ ਲੋਕਾਂ ਨੂੰ ਪਾਰਟੀ ਦੇ ਨਾਲ ਜੋੜ ਰਹੇ ਹਾਂ ਅਤੇ ਪਾਰਟੀ ਪ੍ਰਧਾਨ ਦੇ ਹੁਕਮਾਂ 'ਤੇ ਫੁੱਲ ਚੜ੍ਹ ਰਹੇ ਹਾਂ। ਆਵਾਜ਼ੇ ਕੌਮ TV ਲਈ ਨਾਭਾ ਤੋਂ ਤਰੁਣ ਮਹਿਤਾ ਦੀ ਰਿਪੋਰਟ।